ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ। ਅੱਜ ਅਸੀਂ ਆਧੁਨਿਕ ਪੰਜਾਬੀ ਕਾਵਿ ਦੇ ਇੱਕ ਅਜਿਹੇ ਸ਼ਾਇਰ ਦੇ ਬਾਰੇ ਗੱਲ ਕਰਾਂਗੇ ਜਿਸ ਦੇ ਲਿਖੇ ਹੋਏ ਗੀਤ ਸਾਡੇ ਲੋਕ ਮਨਾਂ ਦੇ ਉੱਪਰ ਲੋਕ ਗੀਤਾਂ ਦੇ ਵਾਂਗ ਘਰ ਕਰ ਚੁੱਕੇ ਨੇ। ਨੰਦ ਲਾਲ ਨੂਰਪੁਰੀ ਜੀ ਦੇ ਬਾਰੇ ਗੱਲ ਕਰਾਂਗੇ। ਨੰਦ ਲਾਲ ਨੂਰਪੁਰੀ ਇੱਕ ਪੰਜਾਬੀ ਕਵੀ, ਲੇਖਕ ਅਤੇ ਗੀਤਕਾਰ ਸਨ। ਉਹਨਾਂ ਦਾ ਜਨਮ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ ਅਤੇ ਬ੍ਰਿਟਿਸ਼ ਭਾਰਤ ਵਿੱਚ ਹੋਇਆ। ਇਹ ਨੂਰਪੁਰ ਆਪਣੇ ਪਿੰਡ ਦੇ ਨਾਮ ਨੂੰ ਹੀ ਆਪਣੇ ਤਖੱਲਸ ਦੇ ਵਜੋਂ ਵਰਤਦੇ ਨੇ। ਨੂਰਪੁਰੀ, ਨੰਦ ਲਾਲ ਨੂਰਪੁਰੀ ਬਾਅਦ ਦੇ ਵਿੱਚ ਜੋੜ ਲੈਂਦੇ ਨੇ। ਅਤੇ ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿਤਰਾ ਦੇਵੀ ਨਾਲ ਹੋਇਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਜਲੰਧਰ ਆ ਗਏ, ਆ ਵਸੇ। ਮਸਤ ਮੌਲਾ ਅਤੇ ਅੜਬੰਗ ਸ਼ਾਇਰ ਨੰਦ ਲਾਲ ਨੂਰਪੁਰੀ ਭਾਵੇਂ ਸਾਰੀ ਜ਼ਿੰਦਗੀ ਚੰਗਾ ਵਪਾਰੀ ਅਤੇ ਦੁਨੀਆਦਾਰ ਨਾ ਬਣ ਸਕਿਆ, ਪਰ ਉਸਦੇ ਗੀਤਾਂ ਦਾ ਅੱਜ ਵੀ ਕੋਈ ਸਾਨੀ ਨਹੀਂ। ਗ੍ਰਹਿਸਥੀ ਜੀਵਨ ਨੂੰ ਚਲਾਉਣ ਲਈ ਨੂਰਪੁਰੀ ਕੁਝ ਸਮਾਂ ਅਧਿਆਪਨ ਦਾ ਕਾਰਜ ਕਰਨ ਤੋਂ ਬਾਅਦ ਰਿਆਸਤ ਬੀਕਾਨੇਰ ਵਿੱਚ ਇੱਕ ਥਾਣੇਦਾਰ ਲੱਗ ਗਿਆ, ਪਰ ਕਵੀ ਮਨ ਨੂੰ ਇਹ ਨੌਕਰੀ ਰਾਸ ਨਾ ਆਈ। ਸਿੱਟੇ ਵਜੋਂ ਥਾਣੇਦਾਰੀ ਛੱਡ ਕੇ ਮੁੜ ਲਾਇਲਪੁਰ ਆ ਕੇ ਰਹਿਣ ਲੱਗ ਗਿਆ। ਨੰਦ ਲਾਲ ਨੂਰਪੁਰੀ ਨੇ ਆਪਣਾ ਜੀਵਨ ਚੱਪਲਾਂ ਨਾਲ ਅਤੇ ਸਾਈਕਲ ਉੱਪਰ ਤੈਅ ਕੀਤਾ, ਪਰ ਉਸਦੇ ਲਿਖੇ ਗੀਤਾਂ ਨੇ ਉਸ ਸਮੇਂ ਦੇ ਨਾਮਵਾਰ ਗਾਇਕਾਂ ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਨੂੰ ਕੋਠੀਆਂ ਵਾਲੇ ਜ਼ਰੂਰ ਬਣਾਇਆ। ਇਹ ਅਲਬੇਲਾ ਸ਼ਾਇਰ ਸਾਰੀ ਉਮਰ ਭੁੱਖ ਨੰਗ ਨਾਲ ਹੀ ਜੂਝਦਾ ਰਿਹਾ। ਇੱਕ ਗੱਲ ਨੂਰਪੁਰੀ ਆਪਣੇ ਤਜਰਬੇ ਦੇ ਆਧਾਰ 'ਤੇ ਅਕਸਰ ਆਖਿਆ ਕਰਦਾ ਸੀ ਕਿ ਸ਼ੇਅਰ ਕਹਿਣਾ ਜਾਂ ਤਾਂ ਬਾਦਸ਼ਾਹਾਂ ਦਾ ਕੰਮ ਹੈ ਜਾਂ ਫਿਰ ਫਕੀਰਾਂ ਦਾ, ਕਿਉਂਕਿ ਇਹ ਦੋਵੇਂ ਹੀ ਆਰਥਿਕ ਪੱਖੋਂ ਪੂਰੀਆਂ ਹੋਣ ਵਾਲੀਆਂ ਸਮੂਹਿਕ ਲੋੜਾਂ ਲਈ ਕਿਸੇ ਦੇ ਮੁਹਤਾਜ ਨਹੀਂ ਹੁੰਦੇ। ਸੱਚਮੁੱਚ ਨੂਰਪੁਰੀ ਦੀ ਗੱਲ ਸਹੀ ਸਾਬਤ ਹੁੰਦੀ ਹੈ, ਕਿਉਂਕਿ ਬਹੁਤ ਸਾਰੇ ਸ਼ਾਇਰ ਹੋਏ ਨੇ ਜਿਨ੍ਹਾਂ ਨੇ ਆਪਣੀ ਦੁਨੀਆਦਾਰੀ ਦੇ ਵਿੱਚ ਉਹ ਕਾਮਯਾਬ ਹੁੰਦੇ ਨਹੀਂ ਦਿਖਾਈ ਦਿੰਦੇ, ਪਰ ਆਪਣੀ ਸ਼ਾਇਰੀ ਦੇ ਵਿੱਚ ਬਹੁਤ ਅਸਰਦਾਰ ਸਾਬਤ ਹੁੰਦੇ ਨੇ, ਜਿਵੇਂ ਗਾਲਬ ਵੀ ਥਾਂ ਥਾਂ 'ਤੇ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਜੂਝਦਾ ਰਿਹਾ। ਹੋਰ ਵੀ ਬਹੁਤ ਸਾਰੇ ਸ਼ਾਇਰ ਨੇ। ਜੇ ਗੱਲ ਸਾਹਿਤਕ ਸਫ਼ਰ ਦੀ ਕਰੀਏ ਤਾਂ ਨੰਦ ਲਾਲ ਨੂਰਪੁਰੀ ਨੇ ਗੀਤਾਂ ਤੋਂ ਇਲਾਵਾ ਗਜ਼ਲਾਂ ਅਤੇ ਕਵਿਤਾਵਾਂ 'ਤੇ ਵੀ ਆਪਣਾ ਹੱਥ ਅਜਮਾਇਆ। ਉਂਝ ਤਾਂ ਨੂਰਪੁਰੀ ਦੇ ਬਹੁਤ ਸਾਰੇ ਗੀਤ ਮਕਬੂਲ ਹੋਏ, ਪਰ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਲਿਖਿਆ ਉਸਦਾ ਗੀਤ ਬਹੁਤ ਮਸ਼ਹੂਰ ਹੋਇਆ, ਜਿਸ ਦੇ ਬੋਲ ਨੇ ਚੰਨ ਵੇਖ ਕੇ ਸ਼ੌਂਕਣ ਮੇਲੇ ਦੀ, ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲ ਦੀ, ਆਉਂਦੀ ਕਿ ਸ਼ੌਂਕਣ ਮੇਲੇ ਦੀ। ਨੂਰਪੁਰੀ ਦੇ ਗੀਤਾਂ ਵਿਚਲਾ ਨੌਜਵਾਨ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ 'ਤੇ ਬਲਵਾਨ ਹੈ। ਉਸਦੇ ਅਮਰ ਗੀਤਾਂ ਨੂੰ ਗਾ ਕੇ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ ਨੇ ਆਪਣੀ ਅਮਰਤਾ ਨੂੰ ਯਕੀਨੀ ਬਣਾਇਆ। ਜੇਕਰ ਉਹਨਾਂ ਦੇ ਮਸ਼ਹੂਰ ਗੀਤਾਂ ਦੀ ਗੱਲ ਕਰੀਏ ਤਾਂ ਦਾਤੇ ਦੀਆਂ ਬੇਪਰਵਾਹੀਆਂ ਤੋਂ ਇਹ ਬੇਪਰਵਾਹ ਡਰਿਆ ਕਰ, ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀਏ, ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਚੰਨ ਵੇਖ ਕੇ ਸ਼ੌਂਕਣ ਮੇਲੇ ਦੀ, ਨੀ ਮੈਨੂੰ ਦਿਓਰ ਦੇ ਵਿਆਹ ਦੇ ਵਿੱਚ ਨੱਚ ਲੈਣ ਦੇ, ਚੁੰਮ ਚੁੰਮ ਰੱਖੋਣੀਏ ਕਲਗੀ ਜੁਝਾਰ ਦੀ ਅਤੇ ਬੰਗਾਂ, ਇਹ ਮਕਬੂਲ ਗੀਤਾਂ ਵਿੱਚੋਂ ਨੇ। ਨੂਰਪੁਰੀ ਨੇ ਆਪਣੇ ਸਦਾਬਹਾਰ ਗੀਤਾਂ ਤੋਂ ਇਲਾਵਾ 6 ਕਿਤਾਬਾਂ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਸੌਗਾਤ, ਉਸ ਤੋਂ ਬਾਅਦ ਨੂਰਪੁਰੀ ਦੇ ਗੀਤ, ਫਿਰ ਉਸ ਤੋਂ ਬਾਅਦ ਬੰਗਾਂ,
ਫਿਰ ਜਿਉਣਾ ਪੰਜਾਬ, ਚੰਗਿਆੜੇ, ਉਸ ਤੋਂ ਬਾਅਦ ਨੂਰਪੁਰੀਆ, ਜਿਹੜੀ ਕਿ ਪਹਿਲੀ ਵਾਰ ਉਰਦੂ ਦੇ ਅੱਖਰਾਂ ਦੇ ਵਿੱਚ ਛਪਦੀ ਹੈ ਕਿਤਾਬ ਨੂਰਪੁਰੀਆ, ਇਹ ਯਾਦ ਰੱਖਣ ਜੋਗਾ। ਅਤੇ ਸਾਲ 1960 ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਉਸ ਦੀ ਪੁਸਤਕ ਸੁਗਾਤ ਨੂੰ ਸਰਵੋਤਮ ਇਨਾਮ ਦੇ ਕੇ ਸਨਮਾਨਿਆ ਸੀ। ਅਤੇ ਸੰਨ 1971 ਦੇ ਵਿੱਚ ਨੂਰਪੁਰੀਆ ਦੇ ਪਰਿਵਾਰ ਨੇ ਉਸ ਦੀਆਂ ਚੋਣਵੀਆਂ ਕਵਿਤਾਵਾਂ ਦਾ ਇੱਕ ਸੰਗ੍ਰਹਿ ਪੰਜਾਬ ਬੋਲਿਆ ਨਾਂ ਹੇਠ ਪ੍ਰਕਾਸ਼ਿਤ ਕਰਵਾਇਆ। ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਨੰਦ ਲਾਲ ਨੂਰਪੁਰੀ ਦੀ ਸਾਰੀ ਕਾਵਿ ਰਚਨਾ, ਗੀਤ ਅਤੇ ਗਜ਼ਲਾਂ ਨੰਦ ਲਾਲ ਨੂਰਪੁਰੀਆ ਕਾਵਿ ਸੰਗ੍ਰਹਿ ਨਾਂ ਹੇਠ 1969 ਵਿੱਚ ਪ੍ਰਕਾਸ਼ਿਤ ਹੋਈ। ਇਸ ਕਾਵਿ ਸੰਗ੍ਰਹਿ ਨੂੰ ਪ੍ਰੋਫੈਸਰ ਮੋਹਨ ਸਿੰਘ ਨੇ ਸੰਪਾਦਕ ਕੀਤਾ ਹੈ। ਅਖੀਰ 15 ਮਈ 1966 ਨੂੰ ਪੰਜਾਬੀ ਮਾਂ ਬੋਲੀ ਦਾ ਇਹ ਮਹਾਨ ਕਵੀ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਸੋ ਇਹ ਸੀ ਨੰਦ ਲਾਲ ਨੂਰਪੁਰੀ ਜੀ ਦਾ ਜੀਵਨ ਅਤੇ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ। ਜੇਕਰ ਤੁਹਾਨੂੰ ਇਹ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਸਾਡੀਆਂ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈੱਲ ਦਾ ਆਈਕੋਨ ਵੀ ਦਬਾ ਦਿਓ ਤਾਂ ਕਿ ਸਮੇਂ ਸਿਰ ਤੁਹਾਨੂੰ ਜਾਣਕਾਰੀ ਮਿਲ ਸਕੇ। ਸ਼ੁਕਰੀਆ ਜੀ।